ਕੀ ਨਾਮ ਹੈ ਜੀ ਤੁਹਾਡਾ? ਪਨੀਤਾ ਜੀ। ਕਿਹੜਾ ਮਹੱਲਾ ਜੀ? ਗਾਂਧੀ ਨਗਰ ਪਟਿਆਲਾ। ਇਹ ਕੀ ਰੋਲ ਹੈ ਜੀ ਤੁਹਾਡਾ, ਦੱਸ ਸਕਦੇ ਹੋ? ਸਾਡੀ ਜਾਇਦਾਦ ਦਾ ਜੀ। ਕੀ ਕਾਰਨ ਆ? ਇਹਦੀ ਮੰਮੀ ਨਾ ਇਹਨਾਂ ਨੂੰ ਬਚਪਨ 'ਚ ਹੀ ਛੋੜ ਕੇ ਚਲੀ ਗਈ ਸੀ ਜੀ। ਉਹਨੇ ਦੂਜਾ ਵਿਆਹ ਕਰਾ ਲਿਆ ਸੀ ਜੀ। ਇਹਨਾਂ ਨੂੰ ਮੈਂ ਨਹੀਂ ਪਾਲਿਆ ਜੀ, ਇਹ ਮੇਰੇ ਕੋਲ ਹੀ ਰਹਿੰਦੇ ਸੀ। ਕਿਹਨਾਂ ਨੂੰ ਪਾਲਿਆ ਜੀ, ਨਾਮ ਦੱਸ ਸਕਦੇ ਹੋ? ਸਨੀ ਤੇ ਸ਼ਾਲੂ ਜੀ। ਅੱਛਾ ਜੀ, ਤੇ ਮੈਮ ਹੁਣ ਕੀ ਰੋਲਾ ਪੈ ਰਿਹਾ? ਉਹ ਕਹਿੰਦੀ ਮੈਂ ਆਪਣੇ ਪਿਓ ਦੀ ਜਾਇਦਾਦ ਲੈਣੀ, ਅਸੀਂ ਇਹਨਾਂ ਨੂੰ ਬਣਾ ਕੇ ਦੇ ਰਹੇ ਸੀ ਇਹ ਜਾਇਦਾਦ ਜੀ। ਕਿਹੜਾ ਹਿੱਸਾ ਜੀ ਉਹਨਾਂ ਨੂੰ ਦਿਖਾ ਸਕਦੇ ਹੋ? ਇਹ ਵਾਲਾ ਹਿੱਸਾ ਜੀ ਇਹਦਾ। ਉਹ ਕਹਿੰਦੀ ਜੀ ਮੈਂ ਆਪ ਬਣਾਉਂਗੀ, ਮੈਂ ਇੱਧਰ ਨੂੰ ਰਸਤਾ ਕਰ ਦਿੰਦੀ, ਅਸੀਂ ਅੰਦਰ ਨੂੰ ਦੇ ਰਹੇ ਸੀ ਜੀ। ਵਿੱਚ ਨਹੀਂ ਰਹਿਣਾ, ਮੈਂ ਵਿੱਚ ਨਹੀਂ ਰਹਿਣਾ ਤੁਹਾਡੇ। ਤੇ ਜਗ੍ਹਾ ਸਾਰੀ ਇੱਕੋ ਹੀ ਹੈ ਜੀ? ਇਹ ਇੱਕੋ ਹੀ ਹੈ ਜੀ। ਪਲਾਟ ਇੱਕੋ ਹੀ। ਠੀਕ। ਕੀ ਨਾਮ ਆ ਤੁਹਾਡਾ? ਮੇਰਾ ਨਾਮ ਜੀ ਵਿਨੇ ਕੁਮਾਰ। ਏਰੀਆ ਕਿਹੜਾ ਜੀ? ਇਹ ਗਾਂਧੀ ਨਗਰ ਲੋਹਰੀਗੜ੍ਹ ਪਟਿਆਲਾ। ਕੀ ਰੋਲ ਹੈ ਸਰ ਤੁਹਾਡਾ, ਦੱਸ ਸਕਦੇ ਹੋ? ਇਹ ਸਾਡੀ ਜੱਦੀ ਪ੍ਰਾਪਰਟੀ ਦਾ ਰੋਲ ਆ ਜੀ। ਜੀ। ਜਿਹਦੇ 'ਚ 10.33 ਗਜ ਮੇਰੇ ਤਾਏ ਦੇ ਮੁੰਡੇ ਦੇ ਨਾਮ ਆਉਂਦਾ ਅਤੇ ਮੇਰੇ ਤਾਏ ਦੀ ਕੁੜੀ ਦੇ ਨਾਮ ਆਉਂਦਾ, ਸਨੀ ਅਤੇ ਸ਼ਾਲੂ ਦੇ ਨਾਮ। ਅੱਛੀ। ਇਹ ਛੋਟੇ ਛੋਟੇ ਮੇਰੇ ਮੰਮੀ ਨੇ ਪਾਲੇ ਆ ਜੀ। ਹਾਂਜੀ ਹਾਂਜੀ। ਅਤੇ ਇਹਦੀ ਮੰਮੀ ਨੇ ਦੂਜਾ ਵਿਆਹ ਕਰਾ ਲਿਆ ਸੀ, ਤਿੰਨ ਤਿੰਨ ਚਾਰ ਚਾਰ ਸਾਲ ਦੇ ਸੀਗੇ ਜਦ ਇਹ ਛੱਡ ਕੇ ਚਲੀ ਗਈ ਸੀ। ਸਰ ਕੀ ਰੋਲਾ ਪਾ ਰਹੇ ਨੇ, ਕੀ ਨਾਮ ਆ ਉਹਨਾਂ ਦਾ? ਉਹ ਇਹਨਾਂ ਦਾ ਨਾਮ ਵੀ ਨਹੀਂ, ਇਹਨਾਂ ਦੀ ਮੰਮੀ ਦਾ ਨਾਮ ਕੀ ਹੈ ਸਰ? ਨੀਲਮ ਰਾਣੀ ਜੀ। ਕੀ ਰੋਲਾ ਪਾ ਰਹੇ ਨੇ ਜੀ ਉਹ? ਉਹ ਰੋਲਾ ਇਹ ਪਾ ਰਹੀ ਹੈ, ਕਹਿੰਦੀ ਮੇਰੀ ਪ੍ਰਾਪਰਟੀ ਹੈ, ਮੇਰੇ ਘਰ ਵਾਲੇ ਦੀ ਪ੍ਰਾਪਰਟੀ ਹੈ ਜੀ। ਜੀ। ਅਰਸਲ ਉਹਦੀ ਪ੍ਰਾਪਰਟੀ ਇਹ ਹੈ ਨਹੀਂ, ਉਹਨੇ ਦੂਜਾ ਵਿਆਹ ਕਰਾ ਲਿਆ ਸੀਗਾ ਜੀ। ਤੇ ਬੱਚੇ ਦਾ ਬਣਦਾ ਹਿੱਸਾ ਸਰ ਤੁਸੀਂ? ਬੱਚਿਆਂ ਨੂੰ ਅਸੀਂ ਦੇਣ ਨੂੰ ਤਿਆਰ ਹਾਂ ਜੀ। ਅੱਛਾ, ਦਿਖਾ ਸਕਦੇ ਹੋ ਕਿਹੜਾ ਹਿੱਸਾ ਦੇ ਰਹੇ ਹੋ ਜੀ ਉਹਨਾਂ ਨੂੰ? ਜੀ ਉਹਨਾਂ ਦਾ ਦੇਖੋ 10.33 ਗਾ ਜੀ। ਅੱਛਾ ਜੀ, ਇਹ ਉਹਨਾਂ ਦਾ ਜੀ? ਹਾਂਜੀ। ਤੇ ਇਹ ਇਹ ਕੁੜੀ ਹੁਣ ਸਾਡੇ ਤੇ ਝੂਠੇ ਐਲੀਗੇਸ਼ਨ ਲਾ ਰਹੀ ਹੈ ਜੀ, ਪੂਰਾ ਮੁੱਲਾ ਸਾਡੇ ਨਾਲ ਹੈ। ਤੇ ਸਾਡੇ ਕੱਪੜੇ ਕੁਪੜੇ ਪਾੜ ਕੇ ਇਹ ਥਾਣਿਆਂ 'ਚ ਖੜਦੀ ਹੈ, ਜਾ ਜਾ ਸਾਡੀ ਝੂਠੀ ਕੰਪਲੇਂਟਾਂ ਕਰਦੀ ਹੈ ਜੀ। ਕੀ ਇਨਸਾਫ ਕੀ ਚਾਹੁੰਦੇ ਹੋ ਤੁਸੀਂ? ਅਸੀਂ ਤਾਂ ਸਰਕਾਰ ਤੋਂ ਇਹੀ ਇਨਸਾਫ ਚਾਹੁੰਦੇ ਹਾਂ, ਸਾਨੂੰ ਇਨਸਾਫ ਮਿਲੇ, ਜੋ ਬਣਦੀ ਕਾਰਵਾਈ ਹੈ ਕਿਸੇ 'ਤੇ ਵੀ ਕੀਤੀ ਜਾਵੇ। ਨਾਮ ਜੀ ਤੁਹਾਡਾ? ਮੁੱਲਾ ਕਿਹੜਾ ਜੀ? ਇਹ ਦੱਸ ਸਕਦੇ ਜੀ ਕੀ ਕੀ ਮਾਮਲਾ ਇਹਨਾਂ ਦਾ? ਕੀ ਗੱਲ ਹੋਈ ਜੀ? ਸਰ ਕਿਹੜਾ ਮਹੱਲਾ ਜੀ? ਸਰ ਤੁਸੀਂ ਦੱਸ ਸਕਦੇ ਹੋ ਕਿਸ ਗੱਲ ਦਾ ਝਗੜਾ, ਕੀ ਮੈਟਰ ਹੈ? ਇਹਨਾਂ ਦਾ ਜੀ ਪ੍ਰਾਪਰਟੀ ਦਾ ਆਪਸ ਦੇ ਵਿੱਚ ਝਗੜਾ ਹੈਗਾ ਜੀ। ਬੱਚੇ ਦੋ ਹੈਗੇ, ਸ਼ਾਲੂ ਤੇ ਸਨੀ। ਹਾਂਜੀ। ਇਹ ਦੋਨੋਂ ਬੱਚੇ ਇਹਨਾਂ ਨੇ ਛੋਟੇ ਛੋਟੇ ਪਾਲੇ ਆ। ਹਾਂਜੀ। ਦੋ ਤਿੰਨ ਸਾਲ ਦੇ ਬੱਚੇ ਸੀ ਇਹ, ਤਿੰਨ ਸਾਲ ਦੇ ਚਾਰ ਚਾਰ ਸਾਲ ਦੇ ਜੀ। ਇਹਨਾਂ ਦੀ ਮਦਰ ਛੱਡ ਕੇ ਇਹਨਾਂ ਨੂੰ ਦੂਜਾ ਵਿਆਹ ਕਰਵਾ ਕੇ ਚਲੀ ਗਈ, ਨੱਠ ਜੀ ਇਹਨਾਂ ਨੂੰ ਛੱਡ ਕੇ। ਅੱਛਾ। ਇਹ ਬੱਚੇ ਪਾਲੇ ਹੈਗੇ ਆ, ਬੜੇ ਇਹਨਾਂ ਨੇ ਕੀਤੇ ਹੈਗੇ ਆ। ਹੁਣ ਜਦੋਂ ਇਹਨਾਂ ਨੇ ਮਕਾਨ ਢਾਇਆ ਤੇ ਉਹ ਲੜਕੀ ਕਹਿੰਦੀ ਮੈਨੂੰ ਹਿੱਸਾ ਦੇ ਦਿਓ। ਅੱਛਾ। ਕਹਿੰਦੇ ਵੀ ਜੋ ਤੇਰਾ ਬਣਦਾ ਹਿੱਸਾ ਹੈਗਾ ਅਸੀਂ ਤੈਨੂੰ ਦੇਣ ਨੂੰ ਤਿਆਰ ਹੈਗੇ ਆ, ਪਰ ਤੈਨੂੰ ਅਸੀਂ ਇਕੱਲੀ ਨੂੰ ਹਿੱਸਾ ਨਹੀਂ ਦੇਵਾਂਗੇ, ਤੇਰੇ ਭਾਈ ਨੂੰ ਨਾਲ ਹਿੱਸਾ ਦੇਵਾਂਗੇ। ਦੋਨੋਂ ਭੈਣ ਭਾਈ ਨੂੰ ਹਿੱਸਾ ਦੇਵਾਂਗੇ, ਦੋਨੋਂ ਭੈਣ ਭਾਈ ਨੂੰ ਬਰਾਬਰ ਹਿੱਸਾ ਦੇਵਾਂਗੇ। ਅੱਛਾ। 10 ਫੁੱਟ 33 ਪੁਆਇੰਟ ਕੁਛ ਇਹਨਾਂ ਦਾ ਹਿੱਸਾ ਬਣਦਾ ਹੈਗਾ, ਇਹ 11 ਫੁੱਟ ਹਿੱਸਾ ਇਹਨਾਂ ਨੂੰ ਦੇਣ ਨੂੰ ਤਿਆਰ ਹੈਗੇ ਆ। ਇਹ 11 ਫੁੱਟ ਦੇਣ ਨੂੰ ਤਿਆਰ ਹੈਗੇ ਇਹਨਾਂ ਨੂੰ। ਇਹਨਾਂ ਨੇ ਝੂਠਾ ਐਲੀਗੇਸ਼ਨ ਲਗਾ ਤਾ ਇਹਨਾਂ ਤੇ, ਮਾਰ ਕੁਟਾਈ ਕੀਤੀ ਹੈ। ਸਰ ਕਿਹੜੇ ਥਾਣੇ 'ਚ ਕੰਪਲੇਂਟ ਕਰੀ ਹੈ ਉਹਨਾਂ ਨੇ? ਕਿੰਨੀ ਮੁਸ਼ਕਲ ਨਾਲ ਕਿੰਨਾ ਔਖਾ ਹੋ ਕੇ ਇਹਨਾਂ ਬੱਚਿਆਂ ਨੂੰ ਬੜੇ ਕੀਤਾ ਹੈਗਾ, ਤੇ ਅੱਜ ਇਹ ਬੱਚੇ ਪ੍ਰਾਪਰਟੀ ਦਾ। ਇਹਨਾਂ ਨੇ ਤਾਂ ਇਹ ਵੀ ਕਿਹਾ ਸੀ ਵੀ ਭਾਈ ਅਸੀਂ ਤੇਰਾ ਵਿਆਹ ਸ਼ਾਦੀ ਸਾਰਾ ਅਸੀਂ ਆਪ ਕਰੀਏ, ਆਪ ਕਰ ਦਾਂਗੇ ਜੀ, ਆਪ ਵਿਆਹ ਕਰ ਦਾਂਗੇ ਤੇਰਾ, ਕੁੜੀ ਨੂੰ ਲੜਕੀ ਨੂੰ ਕਿਹਾ ਇਹਨਾਂ ਨੇ। ਲੇਕਿਨ ਰੱਬ ਜਾਣੇ ਕਿਸੇ ਨੇ ਉਂਗਲ ਲਾਈ ਹੋਈ ਹੈਗੀ ਹੈ, ਜਾਂ ਉਹਦਾ ਆਪ ਦਾ ਦਿਮਾਗ ਕੰਮ ਕਰ ਰਿਹਾ ਜਾਂ ਕਿਸੇ ਦਾ ਦਿਮਾਗ ਕੰਮ ਕਰ ਰਿਹਾ ਹੈਗਾ, ਉਹ ਗੱਲ ਲੜਕੀ ਮੰਨ ਨਹੀਂ ਰਹੀ ਹੈਗੀ। ਫਿਰ ਇਹਨਾਂ ਨੇ ਕਿਹਾ ਨਹੀਂ ਮੰਨਦੀ ਭਾਈ ਨਾ, ਅਸੀਂ ਇਕੱਲੀ ਨੂੰ ਤੈਨੂੰ ਕੁਛ ਨਹੀਂ ਦਿੰਦੇ, ਤੇਰੇ ਭਰਾ ਦਾ, ਤੇਰੇ ਭਰਾ ਦੇ ਨਾਂ ਅਤੇ ਤੇਰੇ ਨਾਂ ਜੋ ਹਿੱਸਾ ਬਣਦਾ ਹੈਗਾ ਉਹ ਅਸੀਂ ਦੇਣ ਨੂੰ ਤਿਆਰ ਹੈ।